ਅਸਲਾਮ ਵਾਲੇਕੁਮ, ਕੀ ਹਾਲ ਚਾਲ ਹੈ ਜੀ? ਅੱਜ ਦੇ ਵਲੋਗ ਦੇ ਵਿੱਚ ਤੁਹਾਨੂੰ ਖੁਸ਼ ਆਮਦੀਦ ਕਹਿੰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋ ਗਏ। ਅੱਜ ਦਾ ਵਲੋਗ ਜਿਹੜਾ ਨਾ ਅਸੀਂ ਪੰਜਾਬੀ 'ਚ ਬਣਾ ਰਹੇ ਹਾਂ, ਤਾਂ ਮੈਂ ਕਿਹਾ ਕਿ ਚਲੋ ਅੱਜ ਪੰਜਾਬੀ ਬੋਲੀਏ ਜਿਹੜੀ ਮੈਂ ਆਮ ਰੋਜ਼ ਬੋਲਣੀ ਹੈ। ਪਿਓਰ ਪੰਜਾਬੀ ਦੇ ਨਹੀਂ, ਬਹਰਹਾਲ ਹੈਗਾ ਕਿ ਜਿਹੜੀ ਸਾਡੀ ਜ਼ੁਬਾਨ ਹੈ ਨਾ ਘਰ ਦੇ ਵਿੱਚ ਅਸੀਂ ਬੋਲਦੇ ਹਾਂ ਉਹ ਜ਼ੁਬਾਨ ਦੇ ਵਿੱਚ, ਕਿਉਂਕਿ ਕਈਆਂ ਨੂੰ ਨਾ ਪੰਜਾਬੀ ਦੀ ਜ਼ਿਆਦਾਤਰ ਲੋਕਾਂ ਨੂੰ ਨਾ ਪੰਜਾਬੀ ਦੀ ਸਮਝ ਨਹੀਂ ਲੱਗਦੀ। ਅਤੇ ਮੇਰੀਆਂ ਬੇਟੀਆਂ ਔਰ ਮੇਰੀਆਂ ਸਹੇਲੀਆਂ ਵੇਖਣ ਵਾਲੀਆਂ ਸਭ ਨੂੰ ਆਂਟੀ ਦਾ ਬਹੁਤ ਬਹੁਤ ਜ਼ਿਆਦਾ ਸਲਾਮ, ਔਰ ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ ਅਤੇ ਬਾਅਦ ਰੱਖੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅੱਲਾਹ ਤਾਲਾ ਬਹੁਤ ਖੁਸ਼ੀਆਂ ਤੁਹਾਡੇ ਨਸੀਬਾਂ 'ਚ ਕਰੇ। ਅਤੇ ਲਓ ਜੀ, ਇਹ ਵਾਲਾ ਜਿਹੜਾ ਨਾ ਰੈੱਡ ਗ੍ਰੀਟੀ ਦਾ ਜਿਹੜਾ ਸਾਡਾ ਟੈਕਸਚਰ ਹੈ ਨਾ, ਉਹਦੀ ਕਰੰਬਲਿੰਗ ਕਰਦੇ ਹੋਏ ਅਸੀਂ, ਵਾਓ ਅੱਜ ਮੌਸਮ ਮਾਸ਼ਾਅੱਲਾ ਸਹੀ ਹੈ, ਸਾਫ਼ ਹੈ। ਅਤੇ ਮੈਂ ਕਿਹਾ ਚੱਲ ਸੁਬਹਾ ਸੁਬਹਾ ਮੈਂ ਨਾ ਕੰਮਾਂ ਵਾਲਿਆਂ ਨੂੰ ਕੰਮਾਂ 'ਤੇ ਭੇਜਿਆ, ਅਤੇ ਮੈਂ ਕਿਹਾ ਚੱਲ ਮੈਂ ਜਾ ਕੇ ਰਾਬਿਆ ਉੱਠ ਜਾ ਅਤੇ ਜਾ ਕੇ ਅਸੀਂ ਨਾ ਵਲੋਗ ਬਣਾ ਲਈਏ। ਅਕਸਰ ਮੇਰੇ ਮੂੰਹ 'ਚੋਂ ਨਿਕਲ ਜਾਂਦਾ ਹੈ ਵਲੋਗ, ਅਤੇ ਉਹ ਫਿਰ ਮੈਨੂੰ ਬੋਲਦੀ ਹੈ, ਕਹਿੰਦੀ ਮਾਮਾ ਜੀ ਨਹੀਂ ਵਲੋਗ। ਮੈਂ ਕਹਿੰਦੀ ਨਹੀਂ, ਅੱਛਾ ਨਹੀਂ ਅੱਛਾ। ਵਾਓ ਜ਼ਬਰਦਸਤ, ਚੰਗ ਪਿਆ ਇਹਦਾ। ਮੈਂ ਕਿਹਾ ਇਹਦੀ ਨਜ਼ਰ ਆ ਰਹੀ ਆ ਸੀ, ਮੈਂ ਕਿਹਾ ਇਹਦੀ ਕਲਮ ਨਹੀਂ ਕਰ ਲਈਏ ਪਹਿਲੇ। ਆਹਾ ਹਾ ਹਾ, ਸਵਾਦ ਆ ਗਿਆ। ਅਤੇ ਆ ਗਿਆ ਸਾਡਾ ਹੁਣ ਇਹ ਵਾਲਾ ਟੈਕਸਚਰ, ਰੈੱਡ ਮੱਡ ਵਾਲਾ ਉਹ ਟੈਕਸਚਰ ਹੈ। ਇਹ ਵੇਖੋ ਇਹ ਆ ਰਿਹਾ ਸਾ ਮਾਰਦੇ ਕੰਮ। ਇਹ ਚੌਕ ਉਹਨੇ ਐਡੇ ਸਖਤ ਹਾਰਡ ਸਨ, ਉਹਨੇ ਆਪਣੇ ਹੱਥ ਨਾਲ ਸਾਰੇ ਕਰੰਬਲ ਕਰਕੇ ਅਤੇ ਫਿਰ ਉੱਥੇ ਰੱਖੇ ਨੇ। ਕਿੱਡਾ ਮਜ਼ੇ ਵਾਲਾ ਹੈਗਾ ਜੇ ਕਲਰ। ਅਤੇ ਚਲੋ ਇਹ ਕਰਨੇ ਆ, ਇੱਧਰ ਕਰ ਲੈਂਦੇ ਹਾਂ। ਕਲਰ ਨਾ ਧੁੱਪ ਦੇ ਨਾਲ ਨਾ ਹੁਣ ਕਾਫੀ ਜਿਹੜਾ ਨਾ ਡੱਲ ਹੋ ਗਿਆ, ਬੜਾ ਜ਼ਬਰਦਸਤ ਕਲਰ ਸੀ ਇਹਦਾ। ਇਹ ਜਿਹੜਾ ਜਿਹੜਾ ਮਿੱਟੀਆਂ ਦੇ ਜਿੰਨੇ ਟੈਕਸਚਰ ਹਨ, ਇਹਨਾਂ ਦਾ ਕਰਨ ਦਾ ਬੜਾ ਹੀ ਸਵਾਦ ਹੈ। ਦੇਖੋ ਨਾ ਕਿੰਨਾ ਸਮੂਥ ਜਿਹਾ ਟੈਕਸਚਰ ਹੈ, ਇਹ ਕਰਨ 'ਚ ਬੜਾ ਸਵਾਦ ਆਉਂਦਾ।
ਚਲੋ ਜੀ, ਇਹਦੀ ਵੀ ਮਾਸ਼ਾਅੱਲਾ ਅਸੀਂ ਕਰ ਲਈ ਕਰੰਬਲਿੰਗ, ਅਤੇ ਹੁਣ ਦੂਸਰੇ ਟੈਕਸਰ ਕੋਲ ਚੱਲਦੇ ਹਾਂ, ਉਹਦੀ ਕਰਦੇ ਹਾਂ। ਇਹਨਾਂ ਟੈਕਸਰਾਂ ਨੂੰ ਬਾਅਦ 'ਚੋਂ ਮੈਂ ਨਾ ਵਲੋਗ ਬਣਾ ਕੇ ਅਤੇ ਉਸ ਤੋਂ ਬਾਅਦ ਮੈਂ ਫਿਰ, ਮੇਰਾ ਹੁੰਦਾ ਜ਼ਿਹਨ ਕਿ ਫੋਰ ਹੀ ਜਿਹੜਾ ਨਾ ਟੈਕਸਰ ਜਿਹੜੇ ਨਾ, ਇਹ ਸਾਡਾ ਟੈਕਸਰ ਜਿਹੜਾ ਪਿਆ ਹੈ ਵਾਈਟ ਜਿਮ ਚੌਕ, ਜਿਮ ਚੌਕ ਦਾ ਨਾਮ ਦੇ ਦਿਉ, ਜਿਹੜਾ ਮਰਜ਼ੀ ਨਾਮ ਦੇ ਦਿਉ, ਪਰ ਟੈਕਸਰ ਅੱਛਾ। ਇਹਨੂੰ ਕਵਰ ਕਰਕੇ ਰੱਖਣਾ ਪੈਂਦਾ ਕਿ ਬਹੁਤ ਛੇਤੀ ਇਹਦੇ 'ਚ ਡਰਸ ਬਹੁਤ ਜ਼ਿਆਦਾ ਪੈ ਜਾਂਦੀ ਹੈ, ਇਸ ਵਾਸਤੇ ਨਾ ਇਹਨੂੰ ਫੋਰੀ ਅਸੀਂ ਨਾ ਜ਼ਿਆਦਾ ਢੱਕ ਕੇ ਰੱਖ ਦਿੰਦੇ ਹਾਂ। ਚਲੋ ਜੀ, ਵਾਓ ਜ਼ਬਰਦਸਤ। ਚਲੋ ਜੀ ਆਇਓ, ਹੁਣ ਪੜ੍ਹਨ ਲੱਗ ਪਏ ਨੇ ਮਸਜਿਦਾਂ ਵਿੱਚ, ਬਸ ਬੜਾ ਟਾਈਮ ਹੈ। ਹੈਗਾ ਸਾਡਾ ਵਾਈਟ ਗ੍ਰਿਟੀ ਵਾਲਾ, ਇਹ ਵੀ ਟੈਕਸਚਰ ਬੜਾ ਮਜ਼ੇ ਵਾਲਾ, ਇਹਨੂੰ ਕਰੰਬਲ ਕਰਨ ਦਾ ਬੜਾ ਮਜ਼ਾ ਆਉਂਦਾ। ਚਲੋ ਇਹ ਜ਼ਰਾ ਫਿਰ ਸੁਣ ਲਈਏ ਅਤੇ ਫਿਰ ਦੁਬਾਰਾ ਤੋਂ ਫਿਰ ਸ਼ੁਰੂ ਕਰ ਲਾਂਗੇ ਵਲੋਗ। ਹੁਣ ਇੱਥੇ ਜ਼ਰਾ ਕੁ ਬੰਦ ਕਰ ਦਿੰਦੇ ਹਾਂ। ਦੁਬਾਰਾ ਅਸੀਂ ਆ ਗਏ ਹਾਂ ਮਸਜਿਦ ਮੈਂ, ਤਲਾਵਤ ਹੋ ਰਹੀ ਥੀ ਤੋ ਮੈਨੇ ਕਿਹਾ ਵੋ ਪਹਿਲੇ ਸੁਣ ਲੇ, ਤੋ ਚਲੇ ਜੀ। ਅਬ ਯੇ ਵਾਲੇ ਟੈਕਸਰ ਕੇ ਵਾਈਟ ਜੋ ਹੈ ਨਾ ਹਮਾਰਾ ਟੈਕਸਰ, ਨਹੀਂ ਸਹੀ ਤਰੀਕੇ ਸੇ ਨਜ਼ਰ ਆ ਰਿਹਾ। ਅਬ ਮੈਂ ਇਸਕੋ ਥੋੜ੍ਹਾ ਸਾ ਇੱਧਰ ਕਰੂੰਗੀ, ਥੋੜ੍ਹਾ ਜਿਹਾ ਇਹਨੂੰ ਇੱਧਰ ਕਰਾਂਗੀ। ਮੈਂ ਤਾਂ ਪੰਜਾਬੀ 'ਚ ਬਣਾਉਣ ਨਹੀਂ ਸੀ, ਮੈਂ ਭੁੱਲ ਹੀ ਗਈ। ਦੇਖੇ ਚੱਲ ਰਹੀ ਹੈ ਅਸੀਂ ਕਿ ਜੋ ਹਮਾਰਾ ਟੈਕਸਰ ਕੁਛ ਕਾਫੀ ਜ਼ਿਆਦਾ ਉੜ ਜਾਂਦਾ ਹੈ। ਵਾਹ, ਇਹ ਟੈਕਸਰ ਵੀ ਬੜਾ ਜ਼ਬਰਦਸਤ ਹੋ ਗਿਆ।
ਨਹੀਂ ਤਾਂ ਇਤਨਾ ਹਾਰਡ ਹੋਤਾ ਥਾ ਜੈਸੇ ਤੈਸੇ ਕਰੰਬਲ ਹੁਆ ਨਾ ਤੈਸੇ ਤੈਸੇ ਹੀ ਹੈ ਜਿਹੜਾ ਜਿਸ ਤਰ੍ਹਾਂ ਇਹ ਕਰੰਬਲ ਹੁੰਦੇ ਹੈ ਨਾ ਜਿਵੇਂ ਜਿਵੇਂ ਕਰੰਬਲ ਹੁੰਦਾ ਰਹਿੰਦਾ ਉਵੇਂ ਉਵੇਂ ਇਹਦਾ ਜ਼ਬਰਦਸਤ ਹੁੰਦਾ ਜਾਂਦਾ ਮੈਂ ਭੁੱਲ ਜਾਂਦੀ ਮਿੰਟ ਕੁ ਪਿੱਛੋਂ ਫਿਰ ਉਰਦੂ ਬੋਲਣ ਲੱਗ ਪੈਂਦੀ ਹਾਂ ਮਾਜ਼ਰ ਚਾਹੁੰਦੇ ਹਾਂ ਲਓ ਜੀ ਇਹ ਹੋ ਗਿਆ ਸਾਡਾ ਟੈਕਸਰ ਵਾਈਟ ਵਾਲਾ ਅਤੇ ਇਹ ਹੁਣ ਆ ਗਿਆ ਸਾਡਾ ਗ੍ਰੀਟੀ ਟੈਕਸਰ ਇਹਨੂੰ ਵੀ ਭਲਾ ਕਰਕੇ ਵੇਖੀਏ ਇਹਦਾ ਕਿਹੋ ਜਿਹਾ ਕਰੰਬਲ ਹੁੰਦਾ ਟਾਈ ਪੁੱਛ ਕਰ ਲੈਂਦੇ ਲਾਗੇ ਵਿਹਲਾ ਪਿਆ ਹੈ ਭਾਈ ਕਿਵੇਂ ਸ਼ੋਰ ਪਾਇਆ ਇਹਨਾਂ ਨੇ ਮਜ਼ੇ ਵਾਲਾ ਬਣਿਆ ਅਜੇ ਬਣਾ ਫਿਰ ਹੋ ਜੀ ਅੱਛਾ ਕਰੰਬਲ ਹੋਇਆ ਇਹਦਾ ਐਡਾ ਵੱਡਾ ਜਿਹੜਾ ਚੰਗ ਇਹ ਪਿਆ ਵੇ ਸ਼ੇਪ ਇਹਦੀ ਇਹ ਵਾਲੀ ਅਤੇ ਇਹ ਤਾਂ ਮੇਰੇ ਖਿਆਲ ਨਾਲ ਮੁਸ਼ਕਲ ਨਹੀਂ ਹੋਏਗੀ ਚਲੋ ਜੀ ਆਇਓ ਹੁਣ ਥੋੜ੍ਹੀ ਗ੍ਰੀਟੀ ਟੈਕਸਰ ਦੀ ਕਰ ਦਈਏ ਇਹ ਆ ਗਿਆ ਸਾਡਾ ਬਰੀਕ ਗ੍ਰੀਟੀ ਇਹ ਸਾਡਾ ਬਰੀਕ ਜਿਹੜਾ ਹੈਗਾ ਨਾ ਉਹ ਗ੍ਰੀਟੀ ਹੈ ਜ਼ਬਰਦਸਤ ਹੈ ਜੀ ਬੰਬ ਟੈਕਸਰ ਜਿਹਨੂੰ ਕਹਿੰਦੇ ਨਾ ਉਹ ਇਹ ਨੇ ਇਹ ਆ ਗਿਆ ਜੀ ਸਾਡਾ ਮੋਟਾ ਥੋੜ੍ਹਾ ਜਿਹਾ ਗ੍ਰੀਟੀ ਹੈ ਵੀ ਇਹ ਵੀ ਟੈਕਸਰ ਬਹੁਤ ਜ਼ਬਰਦਸਤ ਹੈ
ਅੱਛਾ ਜੀ, ਹੁਣ ਫੋਨ ਦੀ ਜ਼ਰਾ ਬੈਟਰੀ ਵਾਹਵਾ ਵੱਧ ਗਈ ਹੈ।